ਚੇਤਨਾ ਪ੍ਰਕਾਸ਼ਨ ਅਤੇ ਗੁਲਾਟੀ ਪਬਲਿਸ਼ ਵੱਲੋਂ ਐਡਮਿੰਟਨ ਦੇ ਵਿੱਚ ਲਗਾਈ ਗਈ 3 ਰੋਜ਼ਾ ਪੁਸਤਕ ਪ੍ਰਦਰਸ਼ਨੀ ਪਾਠਕਾਂ ਲਈ ਇਸ ਵਾਰ ਖਿੱਚ ਦਾ ਕੇਂਦਰ ਰਹੀ। ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਹਾਲ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 1500 ਤੋਂ ਵੱਧ ਟਾਈਟਲਾਂ ਵਾਲੀਆਂ 3000 ਤੋਂ ਵੱਧ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਪ੍ਰਦਰਸ਼ਨੀ ਦੇ ਪ੍ਰਬੰਧਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇਸ ਵਾਰ ਇਸ ਪੁਸਤਕ ਪ੍ਰਦਰਸ਼ਨੀ ਨੂੰ ਐਡਮਿੰਟਨ ਵਿੱਚ ਵਧੇਰੇ ਭਰਵਾਂ ਹੁੰਗਾਰਾ ਮਿਲਿਆ। 24 ਤੋਂ 26 ਅਗਸਤ ਤੱਕ ਸਵੇਰ ਤੋਂ ਸ਼ਾਮ ਤੱਕ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੀ ਚਹਿਲ ਪਹਿਲ ਰਹੀ ਅਤੇ ਸ਼ਹਿਰ ਦੇ ਵੱਖੋ ਵੱਖ ਹਿੱਸਿਆਂ 'ਚੋਂ ਪਾਠਕ ਇਹਨਾਂ ਕਿਤਾਬਾਂ ਨੂੰ ਖਰੀਦਣ ਲਈ ਅਤੇ ਪੜ੍ਹਨ ਲਈ ਵੱਡੀ ਸੰਖਿਆ ਵਿੱਚ ਪਹੁੰਚੇ। ਸ਼੍ਰੀ ਗੁਲਾਟੀ ਨੇ ਦੱਸਿਆ ਕਿ ਇਸ ਤੋਂ ਬਾਅਦ 28 ਅਗਸਤ ਤੋਂ 1 ਸਤੰਬਰ ਤੱਕ ਕੈਲਗਰੀ 'ਚ ਇਹ ਪੁਸਤਕ ਪ੍ਰਦਰਸ਼ਨੀ ਲਗਾਈ ਜਾਏਗੀ। ਅਸੀਂ ਇੱਥੇ 1500 ਦੇ ਕਰੀਬ ਟਾਈਟਲ ਲੈ ਕੇ ਆਉਂਦੇ ਸੀ। 3 ਦਿਨਾਂ ਪੁਸਤਕ ਮੇਲਾ ਸੀ, ਬਹੁਤ ਵਧੀਆ ਹੁੰਗਾਰਾ ਮਿਲਿਆ ਸਾਨੂੰ ਔਰ ਉਮੀਦ ਹੈ ਕਿ ਅਗਲੇ ਸਾਲ ਅਸੀਂ 8-10 ਦਿਨ ਦਾ ਇੱਥੇ ਲਗਾਵਾਂਗੇ ਕਿਉਂਕਿ ਅਸੀਂ ਸਾਰੀ 3 ਮਹੀਨੇ ਲਗਾਉਂਦੇ ਹਾਂ। ਸਾਡੀ ਕੋਸ਼ਿਸ਼, ਅਗਰ ਰਿਸਪੋਂਸ ਵਧੀਆ ਮਿਲੇਗਾ ਅਸੀਂ 8-10 ਦਿਨ ਲਗਾਵਾਂਗੇ। ਅਤੇ ਇਦੋਂ ਬਾਅਦ 5 ਦਿਨ ਦਾ ਸਾਡਾ ਕੈਲਗਰੀ ਪੁਸਤਕ ਮੇਲਾ ਚੱਲ ਰਿਹਾ, 28 ਤਰੀਕ ਤੋਂ ਲੈ ਕੇ 30 ਤਰੀਕ ਤੱਕ ਗ੍ਰੀਨ ਪਲਾਜ਼ਾ ਦੇ ਵਿੱਚ ਹੋਏਗਾ ਅਤੇ 2 ਦਿਨ ਉੱਥੇ ਪ੍ਰੇਰੀ ਵਿੰਡ ਪਾਰਕ ਦੇ ਵਿੱਚ 31 ਅਗਸਤ ਨੂੰ ਔਰ 1 ਸਤੰਬਰ ਨੂੰ ਪੁਸਤਕ ਮੇਲਾ ਉੱਥੇ ਲੱਗੇਗਾ। ਉੱਥੇ ਵੀ ਬਹੁਤ ਸਾਰੀਆਂ ਕਿਤਾਬਾਂ ਪਹੁੰਚ ਚੁੱਕੀਆਂ ਨੇ ਔਰ ਸਾਨੂੰ ਉਮੀਦ ਹੈ ਕਿ ਪਹਿਲਾਂ ਨਾਲੋਂ ਵੱਧ ਹੁੰਗਾਰਾ ਮਿਲੇਗਾ ਕਿਉਂਕਿ ਪਹਿਲਾਂ ਨਾਲੋਂ ਵੱਧ ਟਾਈਟਲ ਵੀ ਜ਼ਿਆਦਾ ਆ ਚੁੱਕੇ ਨੇ ਕਿਉਂਕਿ ਹਰ ਸਾਲ 250 ਕਿਤਾਬ ਸਾਡੀ ਨਵੀਂ ਆਉਂਦੀ ਹੈ, ਹੋਰ ਪ੍ਰਕਾਸ਼ਕਾਂ ਦੀ ਵੀ ਆਉਂਦੀ ਹੈ। ਅਸੀਂ ਉਹ ਸਾਰੀਆਂ ਕਿਤਾਬਾਂ ਲੈ ਕੇ ਆਉਂਦੇ ਹਾਂ ਤਾਂ ਕਿ ਪਾਠਕਾਂ ਨੂੰ ਇਹ ਨਾ ਕਹਿਣ ਦਾ ਮੌਕਾ ਮਿਲੇ ਕਿ ਕਿਤਾਬ ਨਹੀਂ ਮਿਲ ਰਹੀ। ਸਾਡੀ ਕੋਸ਼ਿਸ਼ ਹੁੰਦੀ ਹਰ ਕਿਤਾਬ ਪਾਠਕਾਂ ਤੱਕ ਪਹੁੰਚਾਈ ਜਾਵੇ। ਸੋ 5 ਦਿਨ ਦਾ ਕੈਲਗਰੀ ਪੁਸਤਕ ਮੇਲਾ ਹੋਏਗਾ, ਹਰ ਸਾਲ ਅਸੀਂ ਉੱਥੇ ਲਗਾਉਂਦੇ ਹਾਂ ਔਰ ਉਸ ਤੋਂ ਬਾਅਦ 6 ਸਤੰਬਰ ਤੋਂ ਅਸੀਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਹੈ ਮਿਸੀ ਸਾਗਾ ਦੇ ਵਿੱਚ ਮਾਲਟਨ ਗੁਰਦੁਆਰੇ ਦੇ ਨਾਲ, ਉੱਥੇ ਵੀ ਅਸੀਂ ਲਗਾਤਾਰ ਲਗਾਉਂਦੇ ਹਾਂ ਔਰ 6 ਸਤੰਬਰ ਤੋਂ ਸ਼ੁਰੂ ਕਰਾਂਗੇ। ਸ਼ਾਇਦ 35 ਤੋਂ 40 ਦਿਨ ਦਾ ਪੁਸਤਕ ਮੇਲਾ ਲੱਗੇਗਾ। ਬੇਸ਼ੁਮਾਰ ਕਿਤਾਬ ਉੱਥੇ ਪਹੁੰਚ ਚੁੱਕੀ ਹੈ, 5000 ਸਾਡੇ ਟਾਈਟਲ ਨੇ, ਇਸ ਤੋਂ ਇਲਾਵਾ 1000 ਟਾਈਟਲ ਹੋਰ ਪ੍ਰਕਾਸ਼ਕਾਂ ਦਾ ਵੀ ਉੱਥੇ ਪਹੁੰਚ ਚੁੱਕਿਆ ਔਰ ਉਮੀਦ ਹੈ ਪਹਿਲਾਂ ਨਾਲੋਂ ਵੀ ਵੱਧ ਹੁੰਗਾਰਾ ਮਿਲੇਗਾ ਉੱਥੇ ਜੀ। ਇਹ ਤਾਂ ਬਹੁਤ ਵਧੀਆ ਜੀ, ਸਾਡੇ ਐਡਮਿੰਟਨ ਲਈ ਬਹੁਤ ਵਧੀਆ ਉਪਰਾਲਾ ਹੈ ਅਤੇ ਜਿੱਦਾਂ ਪੰਜਾਬੀ ਤੋਂ ਆਪਾਂ ਦੂਰ ਹੋ ਰਹੇ ਹਾਂ ਡੇ ਬਾਏ ਡੇ, ਸਾਡੇ ਇੱਥੇ ਬੱਚੇ ਵੀ ਮੋਸਟਲੀ ਅੰਗਰੇਜ਼ੀ ਦੇ ਨਾਲ ਜੁੜ ਰਹੇ ਨੇ, ਪਰ ਪੰਜਾਬੀ ਆਪਣੀਆਂ ਰੂਟਸ ਨੇ, ਹੈ ਨਾ। ਆਪਾਂ ਨਹੀਂ, ਬਹੁਤ ਸੋਹਣਾ ਇਹ ਆਪਣਾ ਕਰ ਰਹੇ ਨੇ ਉਪਰਾਲਾ ਗੁਲਾਟੀ ਸਾਹਿਬ, ਜਿਹੜਾ ਐਡਾ ਵੱਡਾ ਐਗਜੀਬਿਸ਼ਨ ਸਾਡੇ ਐਡਮਿੰਟਨ ਸ਼ਹਿਰ ਦੇ ਵਿੱਚ ਲਗਾਇਆ ਇਹਨਾਂ ਨੇ। ਇਹਨਾਂ ਨੂੰ ਤਾਂ ਅਸੀਂ ਲੱਭਦੇ ਸੀ, ਗੁਲਾਟੀ ਸਾਹਿਬ ਦਾ ਸੁਣਦੇ ਸੀ, ਸਾਨੂੰ ਇਹ ਸੀ ਕਈ ਵਾਰ ਵੈਨਕੂਵਰ ਜਾਣਾ ਪੈਣਾ ਜਾਂ ਇਹਨਾਂ ਤੋਂ ਕਈ ਵਾਰ ਗੱਲ ਹੋਈ ਵੀ ਤੁਹਾਨੂੰ ਭੇਜਾਂਗੇ। ਸੋ ਬਹੁਤ ਖੁਸ਼ੀ ਵੀ ਇੱਥੇ ਆ ਕੇ, ਇਹ ਸਾਡੀ ਰੂਹ ਦੀ ਖੁਰਾਕ ਨੇ ਜੀ। ਅਸੀਂ ਪੜ੍ਹਦੇ ਹਾਂ, ਬੱਚਿਆਂ ਨੂੰ ਵੀ ਪੜ੍ਹਨ ਲਾਇਆ ਹੋਇਆ ਅਤੇ ਬੱਚਿਆਂ ਲਈ ਕਲੈਕਸ਼ਨ ਅੱਜ ਥੋੜ੍ਹੀ ਜਿਹੀ ਮਿਲੀ ਆ, ਪਰ ਬੱਚੇ ਵੀ ਹੋਰ ਡਿਮਾਂਡ ਕਰਦੇ ਨੇ। ਅਕਸਰ ਜਦੋਂ ਇੰਡੀਆ ਜਾਂਦੇ ਹਾਂ ਤਾਂ ਉੱਥੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਸਾਨੂੰ ਵਾਹਵਾ ਉੱਥੋਂ ਬੁੱਕਸ ਲੈ ਕੇ ਆਈਦੀਆਂ ਨੇ ਜੀ, ਕਿਤਾਬਾਂ। ਸੋ ਪੜ੍ਹਨੀਆਂ ਚਾਹੀਦੀਆਂ ਨੇ, ਸਾਨੂੰ ਤਾਂ ਬਹੁਤ ਸ਼ੌਕ ਆ ਜੀ, ਜੀਵਨ ਨੂੰ ਨਿਖਾਰਨ ਦੇ ਲਈ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਆ। ਸੋ ਬੱਚਿਆਂ ਨੇ ਜੇ ਕੁਛ ਦੇਣਾ ਤਾਂ ਮੇਰੇ ਹਿਸਾਬ ਨਾਲ ਜੇ ਉਹਨਾਂ ਨੂੰ, ਜੇ ਤੁਸੀਂ ਕਿਤਾਬਾਂ ਪੜ੍ਹਨ ਦੀ ਕਿਤੇ ਉਹਨਾਂ ਨੂੰ ਚੇਤਨਾ ਲਾ ਦਿਉ ਨਾ, ਥੋੜ੍ਹੀ ਚਿਟਕ ਲਾ ਦਿਉ, ਤਾਂ ਇਦੂ ਉੱਪਰ ਹੋਰ ਕੁਛ ਨਹੀਂ। ਅਤੇ ਮੈਨੂੰ ਖੁਸ਼ੀ ਆ, ਬੱਚਿਆਂ ਨੂੰ ਮੈਂ ਲਾਸਟ ਈਅਰ ਉਹਨਾਂ ਨੂੰ 10 ਬੇਟੀ ਨੂੰ ਮਤਲਬ ਇੱਕ ਸੈਟਲਾਈਟ ਦਿੱਤਾ ਸੀ, ਉਹਦੇ ਵਿੱਚ 10 ਸੀਗੀਆਂ, ਉਹ 10 ਦੀਆਂ 10 ਪੜ੍ਹਤੀਆਂ। ਅਤੇ ਉਹ ਉਦੋਂ ਬਾਅਦ ਮੇਰਾ ਉਹਦਾ ਕੁਐਸਚਨ ਸੀ ਮੈਨੂੰ, ਡੈਡੀ ਹੋਰ ਕਿੱਥੋਂ ਕਦੋਂ ਲਿਆ ਕੇ ਦਊਂਗੇ? ਤਾਂ ਮੈਂ ਬਹੁਤ ਖੁਸ਼ ਹਾਂ, ਗੁਲਾਟੀ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਵਾਈਡ ਕਰਾਈਆਂ ਸਾਨੂੰ, ਅਤੇ ਬਹੁਤ ਖੁਸ਼ੀ ਹੋਈ ਜੀ। ਬਹੁਤ ਸਾਰੀਆਂ ਜਿਵੇਂ ਆ ਮੇਰਾ ਦਾਗਿਸਤਾਨ ਮਿਲੀ ਆ, ਇਹ ਵੀ ਨਹੀਂ ਸੀ ਮਿਲਦੀ। ਕੁਛ ਬੁੱਕਸ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਨੂੰ ਹਰ ਸਟੋਰ ਤੋਂ ਨਹੀਂ ਮਿਲਦੀਆਂ, ਅਤੇ ਬਹੁਤ ਵਧੀਆ ਜੀ, ਬਹੁਤ ਖੁਸ਼ੀ ਹੋਈ। ਪ੍ਰਵਾਸ ਪ੍ਰੋਗਰਾਮ ਵਿੱਚ ਕੋਈ ਵੀ ਇਸ਼ਤਿਹਾਰ ਦੇਣ ਸੰਬੰਧੀ ਜਾਂ ਫਿਰ ਹੋਰ ਜਾਣਕਾਰੀ ਲਈ ਤੁਸੀਂ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜਰਨੈਲ ਬਸੋਤਾ ਨੂੰ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ।